ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ। ਸ੍ਰੀ ਅਕਾਲ। ਜੀ ਪਹਿਲਾਂ ਧਰਨ ਡਿੱਗਣੀ ਵਾਲੇ ਕਹਿੰਦੇ ਸੀਗੇ, ਨੁਕਸੇ ਲੋਕਾਂ ਨੇ ਬਥੇਰੇ ਦੱਸੇ ਜੀ। ਕਹਿੰਦੇ ਜੇ ਪੁਟਖੰਡੇ ਦਾ ਚੂਰਨ ਤੁਹਾਨੂੰ ਮਿਲ ਜਾਵੇ, ਪੁਟਖੰਡੇ ਦਾ ਚੂਰਨ ਤਾਂ 1 ਗ੍ਰਾਮ ਸਵੇਰ ਨੂੰ, 1 ਦੁਪਹਿਰ ਨੂੰ, 1-1 ਗ੍ਰਾਮ, ਥੋੜੇ ਦੋ ਦੋ ਚੁਟਕੀ ਬਣ ਜੁਗੀਆਂ, 2 ਚੁਟਕੀ ਇਹ ਖਾਣ ਲੱਗ ਜਾਵੇ ਇਹਦੇ ਨਾਲ। ਤਰ ਮੇਲੇ ਸੌਂਫ ਵੀ ਵਧੀਆ ਚੀਜ਼, 2-3 ਚ ਸੌਂਫ ਦੇ ਦਿਨ ਬਾਅਦ 2-3 ਚ ਖਾ ਲੇ ਕਰੇ। ਅੱਗੇ ਚੱਲਦੇ ਹਾਂ ਸੀਗੇ ਆਪਣੇ ਇੰਡੀਆ ਹੈਗਾ ਭਾਈ, ਆਪਣੇ ਉਹਦੇ ਟੱਟੀ ਵਾਲੀ ਜਗ੍ਹਾ ਜਿਸ ਤਰ੍ਹਾਂ ਆਪਣੇ ਖਾਜ ਬਹੁਤ ਹੁੰਦੀ, ਇਸ ਤਰ੍ਹਾਂ ਕਹਿੰਦਾ ਚਲੋ ਲੜਦੇ ਰਹਿੰਦੇ। 2-3 ਬਿਮਾਰੀਆਂ ਹੋ ਸਕਦੀ, ਬਵਾਸੀਰ ਹੋ ਗਈ ਆ ਆਪਣੇ, ਭਗੰਦਰ ਵੀ ਹੋ ਸਕਦਾ ਹੈਗਾ। ਬਸ ਆਪਣੇ ਜੇ ਹੁਣ ਜੇ ਖਾਜ ਦੇ ਪੁੱਛਿਆ ਉਹਨਾਂ ਨੇ, ਖਾਜ ਦੇ ਇਲਾਜ ਦੱਸਦੇ ਉਹਦੇ ਨਾਲ ਵੀ ਐਨ ਠੀਕ ਹੋ ਜੂਗਾ ਜੀ। ਹਲਦੀ ਕੜੀ ਰੱਖਦਾ, ਉਹ ਲੈ ਸਕਦੇ ਹੈਗੇ ਤਾਰੇ ਮੀਰੇ ਦਾ ਤੇਲ 10 ਗ੍ਰਾਮ ਤੇ ਵਿੱਚ ਮੈਂ ਗਲੈਸਰੀਨ ਤਾਰੇ ਮੀਰੇ ਦਾ ਤੇਲ 20 ਗ੍ਰਾਮ, ਗਲੈਸਰੀਨ ਅੱਧੀ ਪਾਣੀ ਹੈਗੀ 10 ਗ੍ਰਾਮ, ਇਹ ਮਿਕਸ ਕਰਕੇ ਲਗਾਉਣ ਲੱਗ ਜਾਵੇ ਇਹਦੇ ਨਾਲ ਖਾਜ ਖੁਰਤ ਜਿਹੜੀ ਉਹ ਹਟ ਜੂਗੀ ਜੀ। ਤੇ ਦੂਸਰਾ ਇਲਾਜ ਹੈਗਾ ਚਮੇਲੀ ਦਾ ਤੇਲ ਲੈ ਸਕਦੇ ਹੈਗੇ, ਇਹਦੇ ਵਿੱਚ ਮੈਂ ਤੇ ਇਹਦੇ ਵਿੱਚ ਮੈਂ ਮੁਸ਼ਕਪੂਰ ਮਿਲਾ ਕੇ ਉਹ ਲਗਾ ਸਕਦੇ ਹੈਗੇ। ਤੇ ਔਲੇ ਦੀ ਗੁਠਲੀਆਂ ਜਿਹੜੀਆਂ, ਔਲੇ ਦਾ ਬੀਜ ਹੁੰਦੇ, ਔਲੇ ਦੀ ਗੁਠਲੀਆਂ, ਉਹਨਾਂ ਨੂੰ ਸਵਾਹ ਬਣਾ ਕੇ ਉਹਨਾਂ ਦੀ ਤੇ ਉਹ ਨਾਰੀਅਲ ਦੇ ਤੇਲ ਦੇ ਵਿੱਚ ਮੈਂ ਮਿਲਾ ਕੇ ਉਹ ਲਗਾ ਸਕਦੇ ਹੈਗੇ। ਤੇ ਨਹੀਂ ਤਾਂ 10 ਗ੍ਰਾਮ ਤੁਸੀਂ ਗੁਲਾਬ ਜਲ ਲੈਣਾ ਹੈਗਾ, ਨਿੰਬੂ ਦਾ ਰਸ 5 ਗ੍ਰਾਮ ਲੈਣਾ ਹੈਗਾ, ਚਮੇਲੀ ਦਾ ਤੇਲ 5 ਗ੍ਰਾਮ, ਇਹ ਮਿਲਾ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਚੰਦਨ ਦਾ ਤੇਲ, ਇੰਡੀਆ ਹੀ ਹੈ ਭਾਈ, ਉੱਥੇ ਤਾਂ ਮਿਲੇ ਜਾਣਾ ਇਹ, ਚੰਦਨ ਦਾ ਤੇਲ ਤੇ ਬਾਬਚੀ ਦਾ ਤੇਲ, ਇਹ ਬਰਾਬਰ ਬਰਾਬਰ ਲਗਾ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ। ਫਿਰ ਨਹੀਂ ਤਾਂ ਚੰਦਨ ਦੇ ਤੇਲ ਮੈਂ ਨਿੰਬੂ ਦਾ ਰਸ ਉਮਾ ਕੇ ਮਿਲਾ ਕੇ ਉਹ ਲਗਾ ਸਕਦੇ ਹੈਗੇ। ਬਥੇਰੇ ਹੈਗੇ ਇੰਨੇ, ਕੋਈ ਨਾ ਕੋਈ ਆਪਣੇ ਕੰਮ ਕਰੂਗੀ, ਹੋ ਜੂਗੇ ਠੀਕ, ਘਬਰਾਉਣੇ ਦੀ ਤਾਂ ਕੋਈ ਗੱਲ ਨੀ। ਅੱਗੇ ਜਿਹੜੇ ਲੰਗਸ ਕੈਂਸਰ ਵਾਸਤੇ ਪੁੱਛਦੇ ਸੀ ਜੀ, ਲੰਗਸ ਦਾ ਕੈਂਸਰ ਹੋਇਆ ਹੈਗਾ ਜੀ, ਉਹ ਤਾਂ ਆਪਣੇ ਐਪਲ ਦਾ ਜ਼ਿਆਦਾ ਯੂਜ਼ ਕਰੇ ਜੀ, ਲੰਗਸ ਵਾਲੇ, ਲੰਗਸ ਕੈਂਸਰ ਵਾਲੇ। ਫਿਰ ਤੁਲਸੀ ਦਾ ਜ਼ਿਆਦਾ ਯੂਜ਼ ਕਰੇ, ਗਾਰਲਿਕ ਦਾ ਜ਼ਿਆਦਾ ਯੂਜ਼ ਕਰੇ, ਫਿਰ ਮਣਕੇ ਜਿਹੜੇ ਹੁੰਦੇ ਆ 10-12 ਮਣਕੇ ਉਹ ਉਬਾਲ ਕੇ ਆਪਣੇ ਤੁਸੀਂ, ਜਾਂ ਨਹੀਂ ਤਾਂ ਮਣਕੇ ਤੇ ਤੁਲਸੀ ਪਾ ਕੇ ਚਾਹ ਜੀ ਬਣਾ ਕੇ ਪੀ ਲੇ ਕਰੇ, ਇਹ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਲਸਣ ਸੁੰਘੀ ਹੋ ਜਾਵੇ, ਭਾਵੇਂ ਲਸਣ ਸੁੰਘੀ ਜਾਵੇ, ਇਹ ਆਪਣੇ ਕਰੇ, ਇਹ ਆਪਣੇ ਜਿਹੜੇ ਅੰਦਰ ਚ ਜਰਮ ਜੇ ਇਹਨਾਂ ਨੂੰ ਫਿਨਿਸ਼ ਕਰ ਦੂਗਾ, ਤੇ ਜਿਹੜੇ ਮਣਕੇ ਹੈਗੇ ਲੰਗਸ ਨੂੰ ਤਾਕਤ ਦਊਗੇ। ਤੁਲਸੀ ਆਪਣੇ ਜਰਾਸੀਮ ਮਾਰਨੇ ਵਾਸਤੇ ਵਧੀਆ ਚੀਜ਼ ਹੈਗੀ, ਇਹ ਤੁਸੀਂ ਆਪਣੇ ਟਰਾਈ ਕਰ ਸਕਦੇ, ਕਰ ਸਕਦੇ, ਬੈਟਰ ਰਹੋਗੇ ਜਿਹੜਾ ਕੰਮ ਉੱਥੇ ਵੀ ਫਾਇਦਾ ਹੀ ਕਰੂਗਾ, ਕੁਛ ਨੁਕਸਾਨ ਤਾਂ ਨਹੀਂ ਕਰਦੇ ਇਹ ਚੀਜ਼ਾਂ। ਅੱਛਾ, ਬਲੱਡ ਪ੍ਰੈਸ਼ਰ ਵਾਲੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਤਰਬੂਜ ਦੇ ਬੀਜ ਤੇ ਖਸ ਖਸ ਇਹ ਬਰਾਬਰ ਬਰਾਬਰ ਦੇ ਕੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਟਮਾਟਰ ਦੇ ਰਸ ਦੇ ਵਿੱਚ ਸ਼ਹਿਦ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਬਾਅਦ ਫਿਰ ਆਪਣੇ ਸਵੇਰ ਨੂੰ ਉੱਠ ਕੇ ਪਪੀਤਾ ਖਾ ਸਕਦੇ ਹੈਗੇ ਜਿਹਨਾਂ ਬਲੱਡ ਪ੍ਰੈਸ਼ਰ ਹੈਗਾ। ਫਿਰ ਤਿਰਫਲਾ ਆਪਣੇ ਪਾਊਡਰ, ਇਹ ਵਧੀਆ ਚੀਜ਼ ਰਹਿੰਦੀ ਹੈਗੀ, 2 ਚਮਚੇ ਤਿਰਫਲਾ ਪਾਊਡਰ ਤੁਸੀਂ ਆਪਣੇ ਪਿਓ ਕੇ ਰੱਖ ਦਿਓ ਸਵੇਰ ਨੂੰ, ਭਾਵੇਂ ਨੇਤਰਿਆ ਨੇਤਰਿਆ ਉੱਪਰ ਦਾ ਪਾਣੀ ਪੀ ਲਓ, ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਰਹੂਗਾ ਤੇ ਆਪਣੇ ਕਬਜ਼ ਵੀ ਸਾਰੀ ਠੀਕ ਰਹੂਗੀ, ਐਨ ਫਰੈਸ਼ ਹੋ ਜਾਓਗੇ ਤੁਸੀਂ ਵਧੀਆ। ਇਹਦੇ ਵਿੱਚ ਫਿਰ ਤੁਸੀਂ ਆਪਣੇ ਅਸ਼ਗੰਧ ਤੇ ਸੂਰਜਮੁਖੀ ਦੇ ਬੀਜ, ਇਹ ਬਰਾਬਰ ਕੱਚੇ ਲੈਣੇ ਹੈਗੇ ਬੀਜ, ਜਿਹੜੇ ਫਰਾਈ ਨਹੀਂ ਹੋਣੇ ਚਾਹੀਦੇ, ਜਿਹੜਾ ਰੋਸਟਡ ਮੇਰਾ ਕਹਿਣਾ ਇਹਦਾ ਮਤਲਬ ਹੈ ਵੀ ਰੋਸਟ ਨਾ ਹੋਏ, ਇਹ ਤਾਜ਼ੇ ਤਾਜ਼ੀ ਗਿਰੀਆਂ ਹੁੰਦੀਆਂ ਜਿਹੜੀਆਂ ਉਹ ਮਿਲ ਜਾਂਦੀਆਂ ਸਟੋਰਾਂ 'ਚ, ਇੱਥੇ ਪਈਆਂ ਮੈਂ ਦੇਖੀਆਂ ਜੀ, ਉਹ ਤੁਸੀਂ ਬਰਾਬਰ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਉਹ ਲੈ ਸਕਦੇ ਹੈਗੇ ਤੁਸੀਂ। ਫਿਰ ਤਰਬੂਜ ਦਾ ਜ਼ਿਆਦਾ ਜੂਸ ਪੀਓ, ਨਿੰਬੂ ਦਾ ਜੂਸ ਪੀਓ, ਗਾਜਰਾਂ ਤੇ ਜੂਸ, ਨਿੰਬੂ ਦਾ ਜੂਸ ਮਿਲਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਸੱਚ ਜਿਹਨਾਂ ਦੇ ਖਾਜ ਹੁੰਦੀ ਸੀਗੀ ਉਹ ਆਪਣੇ ਰਾਈ ਦਾ ਤੇਲ ਵੀ ਲਗਾ ਸਕਦੇ ਹੈਗੇ ਜੀ, ਇਕੱਲਾ ਰਾਈ ਦਾ ਤੇਲ ਲਗਾ ਲੇ ਕਰੇ, ਉਹ ਵੀ ਵਧੀਆ ਰਹੂਗਾ ਉਹਨਾਂ ਨੂੰ।